जंडियाला गुरु के नदी गांव जबोवाल के होनहार युवक जयदीप सिंह की क्रिकेट के प्रति मेहनत लगाव और लगन ने उसको बुलंदियों के मुकाम तक पहुंचा दिया। जब उसे पता चला कि उसका सिलेक्शन अंडर 90 क्रिकेट पंजाब के लिए हो गया है तो इस बात की खबर लगते ही पूरे इलाके में खुशी की लहर दौड़ गई और उसके गांव में लोगों का दूर दूर से बधाई देने का तांता लग गया। जयदीप एक हरफर मोला खिलाड़ी है। हाँ जी, की कहना चाहोगे जी जयदीप बारे? उपलब्धि हासिल की है पंजाब लैवल ध्यान इन्होंने वास्ते यो कहना चाहवा पहला तो बहुत प्राउड फीलिंग है सानू इस वेले कि साडा बच्चा जिहड़ा अज खेड के आ रहा वा स्टेट की टीम च ते बहुत खुशी आ साडी अकैडमी वास्ते बहुत खुशी की गल आ ते इन्हां वास्ते बहुत खुशी की गल इन्हां दे माँ प्यो वास्ते बहुत खुशी की गल आ हर एक चाहुंदा वा कि साडा बच्चा खेडे ते साडियां इन्हां नूं बेस्ट विशेस आ कि अगे भी खेड के आउण ते अपना फ्यूचर च अपना इंडिया खेडण। ਤੁਸੀਂ ਅਕੈਡਮੀ ਚਲਾ ਰਹੇ ਨਿੱਕੇ ਨਿੱਕੇ ਬੱਚੇ ਜਿਹੜੇ ਖੇਡ ਰਹੇ ਤੁਹਾਡੇ ਕੋਲ ਸਿੱਖ ਰਹੇ ਰਾਂਡ ਕੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਫੀਲ ਕਰਦੇ? ਬਸ ਜੀ ਆ 3 ਮਹੀਨੇ ਹੋ ਗਏ 4 ਮਹੀਨੇ ਜੀ ਖੋਲੀ ਨੂੰ ਤੇ ਬੱਚੇ ਆ ਰਹੇ ਸਾਰੇ ਪ੍ਰੈਕਟਿਸ ਕਰ ਰਹੇ ਮਿਹਨਤ ਕਰ ਰਹੇ ਸਾਰੇ ਹੀ ਤੇ ਹਰ ਇੱਕ ਨੂੰ ਆ ਕਿ ਅਸੀਂ ਇੱਥੋਂ ਖੇਡੀਏ ਇੰਡੀਆ ਖੇਡੀਏ ਜਾਂ ਆਪਣੇ ਪੰਜਾਬ ਵੱਲੋਂ ਖੇਡੀਏ ਹਰ ਇੱਕ ਬੰਦਾ ਇਹੋ ਸੋਚ ਕੇ ਆਉਂਦਾ ਵਾ ਅਸੀਂ ਵੀ ਆਪਣੇ ਵੱਲੋਂ ਪੂਰੀ ਮਿਹਨਤ ਕਰਾ ਰਹੇ ਹਾਂ ਬੱਚੇ ਵੀ ਕਰ ਰਹੇ ਆ ਸਾਰੇ ਪੇਰੈਂਟਸ ਸਾਡੇ ਨਾਲ ਆ ਸਾਰੇ ਬਸ ਤਰ੍ਹਾਂ ਆਈਪੀਐਲ ਦਾ ਟ੍ਰੈਂਡ ਚੱਲ ਰਿਹਾ ਉਸ ਬਾਰੇ ਕੀ ਸੋਚਿਆ? ਬਸ ਜੀ ਬਹੁਤ ਵਧੀਆ ਜੀ ਅਸੀਂ ਕਹਿੰਦੇ ਆ ਓਪਰਚੁਨਿਟੀ ਇਹਨਾਂ ਵਾਸਤੇ ਚਲੋ ਇਹ ਛੋਟੇ ਆ ਜਿਹੜੇ ਵੱਡੇ ਆ ਸਾਡੇ ਬੱਚੇ ਜ਼ਰੂਰ ਆਈਪੀਐਲ ਖੇਡਣ ਤੇ ਬਹੁਤ ਜਲਦੀ ਕਿਰਪਾ ਹੋਊਗੀ ਜੀ। ਬਹੁਤ ਹੀ ਵਧੀਆ ਓਪਰਚੁਨਿਟੀ ਹੈਗੀ ਆ ਅੰਡਰ 19 ਤੋਂ ਸਟੇਟ ਤੋਂ ਕ੍ਰਿਕਟ ਖੁੱਲ ਜਾਂਦੀ ਹੈ ਤੇ ਹਰ ਕੋਈ ਕਲੱਬ 'ਚ ਵੀ ਮਿਲ ਸਕਦੀ ਹੈ ਕ੍ਰਿਕਟ। ਮਿਹਨਤ ਕਰਦੇ ਹਾਂ ਇੱਦਾਂ ਅੱਗੇ ਮਿਹਨਤ ਕਰਦੇ ਰਹਾਂਗੇ ਤੇ ਬਾਬਾ ਜੀ ਦੀ ਕਿਰਪਾ ਨਾਲ ਹੋਰ ਅੱਗੇ ਜਾਈਏ। ਇਹਦਾ ਤੁਸੀਂ ਸ਼੍ਰੇਅ ਕਿਹਨੂੰ ਦੇਣਾ ਚਾਹੋਗੇ ਤੁਸੀਂ? ਆਪਣੇ ਮਾਤਾ ਪਿਤਾ ਆਪਣੇ ਕੋਚ ਟਵਿੰਕਲ ਭਾਈ ਨੂੰ ਇਹਨਾਂ ਨੇ ਬਹੁਤ ਮਿਹਨਤ ਕਰਾਈ ਮੈਨੂੰ ਸਟੇਟ ਜਾਣ ਤੋਂ ਪਹਿਲਾਂ ਇਹਨਾਂ ਨੇ ਬਹੁਤ ਵਰਕ ਕੀਤਾ ਮੇਰੇ ਤੇ ਬਾਕੀਆਂ ਨਾਲੋਂ ਮੇਰੇ ਤੇ ਜ਼ਿਆਦਾ ਵਰਕ ਕੀਤਾ ਜਿਨ੍ਹਾਂ ਦੀ ਬਦੌਲਤ ਅੱਗੇ ਮੈਨੂੰ ਫਾਇਦਾ ਮਿਲਿਆ ਇਹਨਾਂ ਦੀ ਪ੍ਰੈਕਟਿਸ ਦੇ ਕਾਰਨ। ਕੀ ਲੈਵਲ ਖੇਡ ਰਹੇ ਹੋ ਆਪਣੇ ਪੰਜਾਬ ਅੰਡਰ 19 ਵਿਨੂ ਮਾਂਕਲ ਟਰੋਫੀ? ਕਿੱਥੇ ਮੈਚ ਖੇਡ ਗਿਆ ਸੀ? ਹੈਦਰਾਬਾਦ। ਤੇ ਗਾਂ ਕੀ ਫਿਊਚਰ 'ਚ ਕੀ ਪਲੈਨਿੰਗ ਹੈਗੀ? ਫਿਊਚਰ ਪਲੈਨਿੰਗ ਇਹੀ ਆ ਵੀ ਵਧੀਆ ਕਰਾਂਗੇ ਆਪਣੇ ਦੇਸ਼ ਲਈ ਮਤਲਬ ਖੇਲੀਏ ਜਾਂ ਆਪਣੀ ਅਕੈਡਮੀ ਲਈ ਵੀ ਸਾਰਿਆਂ ਦਾ ਵੀ ਨਾਮ ਉੱਚਾ ਹੁੰਦਾ ਆਪਣੇ ਘਰਦਿਆਂ ਦਾ ਵੀ ਨਾਲ ਤੱਕ ਆਪਣੇ ਕੋਚ ਦਾ ਵੀ ਨਾਮ ਉੱਚਾ ਹੋਊਗਾ। ਬਾਬਾ ਜੀ ਸਾਰਿਆਂ ਦੀ ਕਿਰਪਾ ਕਰਨ। ਬਹੁਤ ਵਧੀਆ ਗੱਲ। ਜੰਡਿਆਲਾ ਗੁਰੂ ਸੇ ਕਵਲਜੀਤ ਕੀ ਰਿਪੋਰਟ।